ਬੋਲਦਾ ਸੀ ਪਾਪਾ ਜੀ ਜੇ ਤੁਹਾਨੂੰ ਕੋਈ ਵੀ ਅਗਲਾ ਕੋਈ ਗੱਲ ਦੱਸੇ ਨਾ ਛੋਟੀ ਗੱਲ ਲੰਮਨੇ ਕਰੋ ਜਿਹੜਾ ਅਗਲਾ ਗੱਲ ਦੱਸੇ ਤੁਸੀਂ ਉਸ ਸਾਈ ਜੀ ਨੂੰ ਦੱਸਦੇ ਕਰੋ ਹੈ ਚਾਹੇ ਕੋਈ ਵੀ ਬਾਬਾ ਜੀ ਹੋਣ ਹੈ ਪਰ ਦੱਸੇ ਕਰੋ ਫਿਰ ਅੱਛਾ ਹੁੰਦਾ ਗਾ ਬਾਬਾ ਦੀਪ ਸਿੰਘ ਜੀ ਤੁਹਾਨੂੰ ਬਾਬਾ ਦੀਪ ਸਿੰਘ ਜੀ ਬਹੁਤ ਖੁਸ਼ੀਆਂ ਦੇਣਗੇ ਹਨਾ ਹਾਂਜੀ ਸਾਰੇ ਬਾਬਾ ਜੀ ਬਾਬਾ ਚੰਗੇ ਹੁੰਦੇ ਕਿਵੇਂ ਆਏ ਹੁੰਦਾ ਵੀ ਕੋਈ ਬਾਬਾ ਚੰਗਾ ਨਹੀਂ ਹੁੰਦਾ ਪ੍ਰੈਸ਼ੀਅਸ ਨੋ ਚੰਗੇ ਅੱਜ ਸਾਨੂੰ ਨਾ ਇੱਕ ਰਾਮ ਜੀ ਦੀ ਕਹਾਣੀ ਸੁਣਾਈ ਸੀ ਸੁਣਾਵਾਂ ਤੁਹਾਨੂੰ ਸੁਣਾਓ ਇੱਕ ਵਾਰ ਕੀ ਬਾਤ ਹੈ ਜੀ ਰਾਮ ਜੀ ਥੇ ਹੈ ਉਹ ਹੀ ਜੋ ਟੀਵੀ ਤੇ ਆਉਂਦਾ ਸੀ ਨਾ ਦੇਖਿਆ ਸੀ ਵੀ ਲਕਸ਼ਮਣ ਇੱਕ ਗੋਲਾ ਬਣਾ ਕੇ ਚੱਲਿਆ ਸੀ ਤੀਰ ਨਾਲ ਹੈ ਤੇ ਕਿ ਰਾਕਸ਼ਸ ਨੇ ਆਵਾਜ਼ ਕੱਢੀ ਸੀ ਹੈ ਮੈਂ ਤੇ ਅਸਰ ਕਿਰੇ ਰਾਮ ਜੀ ਦੀ ਫੇਰ ਨਾ ਉਹ ਇੱਕ ਪੰਡਿਤ ਵਾਲੇ ਰੂਪ ਚ ਆਏ ਹੈ ਫਿਰ ਸੀਤਾ ਮਾਤਾ ਨੂੰ ਲੈਣ ਆ ਗਏ ਹੈ ਫਿਰ ਨਾ ਆਏ ਰਾਮ ਜੀ ਹੈ ਉਹ ਲੈ ਕੇ ਆ ਗਏ ਹੈ ਪਤਾ ਕੀ ਹੋ ਫਿਰ ਨਾ ਉਹਨਾਂ ਨੇ ਫਿਰ ਜੋ ਸੀਤਾ ਮਾਤਾ ਉੱਠੇ ਉਹਨੇ ਬੋਲੇ ਪ੍ਰਣਾਮ ਹੈ ਪ੍ਰਣਾਮ ਬੋਲ ਕੇ ਉਹਨਾਂ ਨੇ ਬੋਲੇ ਉਹਨਾਂ ਨੂੰ ਕੁਛ ਖਾਣ ਨੂੰ ਦਿੱਤਾ ਹੈ ਤੇ ਬੋਲੇ ਸਤਿ ਸ਼੍ਰੀ ਅਕਾਲ ਹੈ ਤੇ ਬੋਲਿਆ ਮੈਂ ਆ ਜਾਓ ਚਲੋ ਮੇਰੇ ਸਾਥ ਮੈਂ ਤੁਹਾਰੇ ਕੋ ਖੁਸ਼ ਰੱਖੂੰਗਾ ਹੈ ਮੈਂ ਚੱਲੇ ਮੈਂ ਖੁਰੂ ਕੋ ਆਪਣੇ ਪਾਸ ਰਹੀ ਸੀ ਜੋ ਉਹਨਾਂ ਨੇ ਪਕੜਿਆ ਫਿਰ ਉਹ ਨਿਕਲਿਆ ਆਪਦੇ ਸਰੂਪ 'ਚ ਰਾਵਣ ਫਿਰ ਬੋਲਿਆ ਤੇ ਹਨੂੰਮਾਨ ਜੀ ਨੇ ਨਾ ਸਭ ਠੀਕ ਕਰਤਾ ਤੇ ਹੈਲਪ ਕੀਤੀ ਸ਼੍ਰੀ ਰਾਮ ਜੀ ਦੀ तो गाइस कभी सबकी मदद करा करो किसको छोड़ा ना करो जय जय